ਪੰਜਾਬੀ ਵਿਆਕਰਣ ਦੇ ਜੋ ਚਾਰ ਭਾਗ ਨੇ ਉਹਨਾਂ ਵਿੱਚ ਸਭ ਤੋਂ ਜੋ ਪਹਿਲਾ ਭਾਗ ਹੈ ਅਸੀਂ ਉਸ ਦਾ ਹੁਣ ਅਧਿਐਨ ਕਰਦੇ ਹਾਂ। ਜਿੱਦਾਂ ਕਿ ਪਹਿਲੇ ਦੱਸ ਰਿਹਾ ਇਹ ਸਿਧਾਂਤਕ ਵਿਆਕਰਣ ਹੈ, ਇਸ ਨੂੰ ਕਲਾਸੀਕਲ ਕਹਿੰਦੇ ਹਾਂ ਜਾਂ ਫਿਰ ਆਪਾਂ ਇਸ ਨੂੰ ਕਹਿੰਦੇ ਹਾਂ ਥਿਓਰੀਟੀਕਲ, ਯਾਨੀ ਵੱਡੀਆਂ ਜਮਾਤਾਂ ਲਈ ਜਾਂ ਵਿਸ਼ੇਸ਼ਕਰ ਅਧਿਆਪਕਾਂ ਲਈ ਉਹਨਾਂ ਨੂੰ, ਕਿਉਂਕਿ ਵਿਸ਼ੇਸ਼ ਗਿਆਨ ਹੋਣਾ ਬੜਾ ਜ਼ਰੂਰੀ ਹੈ, ਬੜਾ ਲਾਜ਼ਮੀ ਹੈ। ਇਸ ਵਿੱਚ ਜੋ ਪਹਿਲਾਂ ਅਸੀਂ ਭਾਗ ਕਰ ਰਹੇ ਹਾਂ ਉਸ ਨੂੰ ਅਸੀਂ ਕਹਿ ਸਕਦੇ ਹਾਂ ਪੰਜਾਬੀ ਵਰਣ ਬੋਧ ਜਾਂ ਪੰਜਾਬੀ ਅੱਖਰ ਬੋਧ ਜਾਂ ਪੰਜਾਬੀ ਧੁਨੀ ਬੋਧ। ਇਸ ਪਾਰਟ ਵਿੱਚ, ਇਸ ਭਾਗ ਵਿੱਚ ਕੀ ਆਉਂਦਾ ਹੈ ਕਿ ਵਿਆਕਰਣ ਦਾ ਉਹ ਭਾਗ ਆਉਂਦਾ ਹੈ ਜਿਸ ਵਿੱਚ ਅੱਖਰਾਂ ਦੇ ਸਰੂਪ ਬਾਰੇ, ਉਹਨਾਂ ਦੇ ਡਿਜ਼ਾਈਨ ਬਾਰੇ, ਅੱਖਰਾਂ ਦੇ ਭੇਦ ਬਾਰੇ, ਜਿੱਦਾਂ ਅਸੀਂ ਉਹਨੀ ਗੱਲ ਕਰਾਂਗੇ, ਅੱਖਰਾਂ ਦੇ ਉਚਾਰ ਥਾਂ ਬਾਰੇ, ਉਸ ਤੋਂ ਬਾਅਦ ਸ਼ਬਦਾਂ ਦੀ ਅੱਖਰਾਂ ਤੋਂ ਮੇਲ ਕੇ ਸ਼ਬਦਾਂ ਦੀ ਰਚਨਾ ਕਿਵੇਂ ਹੁੰਦੀ ਹੈ, ਕਿਹੜਾ ਸਾਰਥਕ ਹੁੰਦਾ, ਕਿਹੜਾ ਸਾਰਥਕ ਨਹੀਂ ਯਾਨੀ ਨਿਰਾਰਥਕ ਹੁੰਦਾ, ਇਹਨਾਂ ਦੇ ਸਾਰੇ ਭੇਦਾਂ ਦਾ ਗਿਆਨ ਇਸ ਭਾਗ ਵਿੱਚ ਕਰਾਉਂਦੇ ਆ, ਧੁਨੀ ਬੋਧ ਵਿੱਚ ਜਾਂ ਪੰਜਾਬੀ ਵਰਣ ਬੋਧ ਜਾਂ ਅੱਖਰ ਬੋਧ ਵਿੱਚ ਕਰਾਇਆ ਜਾਂਦਾ ਹੈ। ਇਹ ਕਿਉਂ ਕਰਾਇਆ ਜਾਂਦਾ ਹੈ? ਇਸ ਦਾ ਉੱਤਰ ਇਹ ਹੈ ਕਿ ਭਾਸ਼ਾ ਦੇ ਸਰੂਪ ਨੂੰ ਸ਼ੁੱਧ ਸਰੂਪ ਵਿੱਚ ਲਿਖਣ ਲਈ, ਸ਼ੁੱਧ ਰੂਪ ਵਿੱਚ ਲਿਖਣ ਲਈ ਇਹਨਾਂ ਅੱਖਰਾਂ ਦੇ ਗਿਆਨ ਦੀ, ਇਸ ਧੁਨੀ ਦੇ ਗਿਆਨ ਦੀ ਬਹੁਤ ਲੋੜ ਹੈ। ਇਹਦਾ ਅਸੀਂ ਕਹਿੰਦੇ ਹਾਂ ਵੀ ਕੋਈ ਬੱਚਾ ਪਾ ਪਾਉਂਦਾ ਉਹ ਤਾਂ ਬੰਦ ਕਹਿੰਦੇ ਧਾ ਹੋ ਜਾਂਦਾ, ਉਹਨੂੰ ਪਤਾ ਹੋਣਾ ਚਾਹੀਦਾ ਵੀ ਖੁੱਲ੍ਹਾ ਪਾਇਆ ਔਰ ਬੰਦ ਜਿਹੜਾ ਧੱਦਾ ਹੈ। ਇਸ ਤੋਂ ਇਲਾਵਾ ਨੰਨੇ ਔਰ ਅਣਾਣੇ ਵਿੱਚ ਬਹੁਤ ਫਰਕ ਨੇ, ਇਸ ਤੋਂ ਇਲਾਵਾ ਪੱਪੇ ਔਰ ਭੱਬੇ 'ਚ ਬੜੇ ਫਰਕ ਨੇ। ਯਾਨੀ ਇਹ ਜੋ ਛੋਟੇ ਛੋਟੇ ਅੰਤਰ ਨੇ ਅੱਖਰਾਂ ਦੇ ਗਲਤ ਪ੍ਰਯੋਗ ਕਰਕੇ, ਜਿਹੜੇ ਸ਼ਬਦਾਂ ਦੀ ਜਿਹੜੀ ਉਚਾਰਨ ਹੈ, ਸ਼ਬਦਾਂ ਦਾ ਜੋ ਮੀਨਿੰਗ ਹੈ ਉਹ ਉਚਾਰਨ ਔਰ ਮੀਨਿੰਗ ਦੋਨੋਂ ਜਿਹੜੀਆਂ ਚੀਜ਼ਾਂ ਅਰਥ ਉਹ ਦੋਨਾਂ 'ਚ ਫਰਕ ਪੈ ਜਾਂਦਾ। ਇਸ ਕਰਕੇ ਇਹ ਜੋ ਬੇਸਿਕ ਗਿਆਨ ਜਿਹੜਾ ਨਾ ਇਹ ਪੰਜਾਬੀ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਣ ਬੋਧ ਵਿੱਚ ਕਰਾਇਆ ਜਾਂਦਾ। ਹੁਣ ਅਸੀਂ ਦੇਖਦੇ ਹਾਂ ਜੀ ਪੰਜਾਬੀ ਦਾ ਧੁਨੀ ਵਰਗ ਕੀ ਹੈ, ਯਾਨੀ ਕਿਹੜੇ ਕਿਹੜੇ ਅੱਖਰ, ਕਿਹੜੇ ਕਿਹੜੇ ਵਰਣ ਔਰ ਕਿਹੜੀ ਕਿਹੜੀ ਧੁਨੀ ਹੈ। ਇੱਕੋ ਗੱਲ ਹੈ, ਪੰਜਾਬੀ ਜਿੰਨੇ ਵੀ ਯਾਨੀ 35 ਅੱਖਰੀ ਨੂੰ ਅਸੀਂ ਦੋ ਭਾਗਾਂ 'ਚ ਵੰਡਦੇ ਹਾਂ, ਇੱਕ ਤਾਂ ਹੈ ਸਵਰ, ਇੱਕ ਹੈ ਵਿਅੰਜਨ। ਹਿੰਦੀ ਦੇ ਅਲੱਗ ਸਿਸਟਮ ਹੈ, ਉਸ ਛੋਟਾ ਆ, ਵੱਡਾ ਆ, ਛੋਟੀ ਈ, ਵੱਡੀ, ਇਸ ਤਰ੍ਹਾਂ 10 ਬਣਦੇ ਆ, ਠੀਕ ਹੈ। ਪਰੰਤੂ ਪੰਜਾਬੀ 'ਚ ਆਪਾਂ ਤਿੰਨਾਂ ਨਾਲ ਹੀ ਸਵਰ ਦਾ ਕੰਮ ਲੈ ਲੈਂਦੇ ਹਾਂ, ਇੱਕ ਨੇ ਸਵਰ ਯਾਨੀ ਵੋਵਲਸ, ਇੱਕ ਨੇ ਕੌਨਸੋਨੈਂਟ ਯਾਨੀ ਵਿਅੰਜਨ। ਸਵਰ ਉਹ ਹੁੰਦੇ ਆ ਜਿਹੜੇ ਕਿ ਆਪਣੇ ਰੂਪ ਵਿੱਚ ਆ ਕੇ ਆਪ ਹੀ ਬੋਲੇ ਜਾਂਦੇ, ਉਹਨਾਂ ਲਈ ਕਿਸੇ ਮਦਦ ਦੀ ਲੋੜ ਨਹੀਂ। ਪਰੰਤੂ ਵਿਅੰਜਨਾਂ ਵਿੱਚ ਸਾਨੂੰ ਸਵਰਾਂ ਦੇ ਨਾਲ ਅਟੈਚ ਹੋਣ ਦੀ ਲੋੜ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਆ, ਈ, ਇਹ ਜਿਹੜੇ ਸ਼ਬਦ ਨੇ ਇਹ ਸਿੱਧੇ ਬਿਨਾਂ ਕਿਸੇ ਰੁਕਾਵਟ ਦੇ ਨਿਕਲਿਆ। ਪਰੰਤੂ ਜੇ ਅਸੀਂ ਬੋਲਦੇ ਨਾ ਸ, ਅਤੇ ਸ ਔਰ ਆ ਦੋਨਾਂ ਦਾ ਮਿਸ਼ਰਣ, ਯਾਨੀ ਆ ਦਾ ਮਤਲਬ ਹੈ ਸਵਰ ਦਾ, ਵਿਅੰਜਨਾਂ ਵਿੱਚ ਹਮੇਸ਼ਾ ਸੁਰਾਂ ਦੀ ਮਦਦ ਲਈ ਜਾਂਦੀ ਹੈ। ਇਸ ਕਰਕੇ ਇਹ ਜੋ ਵਿਅੰਜਨ ਨੇ ਜਿੰਨੇ ਤੁਹਾਨੂੰ ਨਜ਼ਰ ਆ ਰਹੇ ਨੇ, ਔਰ ਜੋ ਇਹ ਊੜਾ ਐੜਾ ਈੜੀ ਜੋ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਸਵਰ। ਹੁਣ ਜੋ 35 ਅੱਖਰ ਨੇ ਸਾਡੇ ਕੋਲ ਪੰਜਾਬੀ ਦੀ ਵਰਣਮਾਲਾ ਨੂੰ, ਪੰਜਾਬੀ ਦੀ ਜੋ ਲਿਪੀ ਹੈ ਉਸ ਵਿੱਚ ਅਸੀਂ 35 ਅੱਖਰ ਦਾ ਨਾਮ ਦੇ ਦਿੱਤਾ। 35 ਅੱਖਰੀ ਕਿਉਂ? ਕਿਉਂਕਿ ਜੋ ਪੰਜਾਬੀ ਦਾ ਜੋ ਪੁਰਾਤਨ ਸਰੂਪ ਘੜਿਆ ਗਿਆ ਸੀ ਪੁਰਾਣੇ ਅੱਖਰਾਂ ਤੋਂ ਲੈ ਕੇ, ਅਤੇ ਉਸ ਵਿੱਚ 35 ਅੱਖਰ ਨੇ। 35 ਅੱਖਰ ਦਾ ਮਤਲਬ ਹੈ ਵੀ 32 ਤਾਂ ਉਸ ਵਿੱਚ ਵਿਅੰਜਨ ਨੇ ਔਰ 3 ਉਸ ਵਿੱਚ ਸਵਰ ਨੇ। ਇਸ ਤਰ੍ਹਾਂ 3 ਅਤੇ 32 ਹੋ ਗਏ 35, 35 ਅੱਖਰੀ ਹੋ ਗਈ। ਪਰੰਤੂ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕੁਝ ਸ਼ਬਦ ਇਹ ਪਰਦੇਸੀ ਭਾਸ਼ਾ ਯਾਨੀ ਫਾਰਸੀ ਦੇ ਸ਼ਸ਼ਾ, ਖਖਾ, ਗਾ, ਜ਼ਾ, ਫਾ ਇਹਨੂੰ ਰੱਖਿਆ ਗਿਆ। ਇੱਕ ਸ਼ਬਦ ਦੇਸੀ ਧੁਨੀ ਲਾ, ਕਾਲੂ, ਕਾਲਾ, ਪੀਲਾ, ਇਹ ਜਿਹੜੇ ਸ਼ਬਦ ਰੱਖੇ ਗਏ ਨੇ। ਇਸ ਕਰਕੇ ਇਸ ਸਮੇਂ ਜੋ 35 ਅੱਖਰੀ ਜਾਂ ਪੰਜਾਬੀ ਵਰਣਮਾਲਾ ਹੁਣ 35 ਅੱਖਰੀ ਨਹੀਂ ਰਹੀ, ਹੁਣ 41 ਅੱਖਰੀ ਹੋ ਗਈ ਹੈ। ਇਸ ਗੱਲ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਜਦੋਂ ਤੁਹਾਨੂੰ ਇਹ ਕੁਸ਼ਚਨ ਪੁੱਛਿਆ ਜਾਏ ਕਿ ਪੰਜਾਬੀ ਵਰਣਮਾਲਾ ਦੇ ਪੁਰਾਤਨ ਅੱਖਰ ਕਿੰਨੇ ਨੇ, ਤਾਂ ਤੁਸੀਂ 35 ਲਿਖਣਾ। ਜੇ ਤੁਹਾਨੂੰ ਪੁੱਛਿਆ ਜਾਏ ਵੀ ਅੱਜ ਦੇ ਸਮੇਂ ਵਿੱਚ ਪੰਜਾਬੀ ਵਰਣਮਾਲਾ ਦੇ ਕਿੰਨੇ ਅੱਖਰ ਨੇ, ਫਿਰ ਤੁਸੀਂ ਲਿਖੋਗੇ 41, ਠੀਕ ਹੈ। ਅੱਜ ਤੋਂ ਥੋੜ੍ਹੇ ਸਮੇਂ ਪਹਿਲੇ 40 ਸੀਗੇ। ਪਰੰਤੂ ਜੋ ਭਾਸ਼ਾ ਵਿਗਿਆਨੀ ਨੇ ਇਸ ਵਿੱਚ ਸਮੇਂ ਦੇ ਅਨੁਸਾਰ, ਸਮੇਂ ਦੀ ਲੋੜ ਅਨੁਸਾਰ ਫੇਰ ਬਦਲ ਕਰਦੇ ਨੇ। ਇਸ ਕਰਕੇ ਅਧਿਆਪਕਾਂ ਨੂੰ ਤਾਂ ਪਤਾ ਹੀ ਹੋਣਾ ਚਾਹੀਦਾ, ਅਤੇ ਕਿਉਂਕਿ ਅਧਿਆਪਕਾਂ ਨੇ ਅੱਗੇ ਜਾ ਕੇ ਵਿਦਿਆਰਥੀ ਨੂੰ ਦੱਸਣਾ ਇਹ ਸਾਰਾ ਧੁਨੀ ਬੋਧ। ਇਸ ਕਰਕੇ ਸਾਨੂੰ ਇਸ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। 35 ਅੱਖਰਾਂ ਨੂੰ ਆਧਾਰ ਬਣਾਉਂਦੇ ਆਪਾਂ, ਸਵਰ ਨੇ 3, ਉਹ ਨੇ ਊੜਾ, ਐੜਾ, ਈੜੀ, ਜਿਹੜੀ ਅਸੀਂ ਧੁਨੀ ਹੈ। ਜਿੱਦਾਂ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ, ਅੱਖਰ ਅਲੱਗ ਚੀਜ਼ ਹੈ, ਧੁਨੀ ਅਲੱਗ ਚੀਜ਼ ਹੈ। ਅੱਖਰ ਨੇ ਊੜਾ, ਐੜਾ, ਈੜੀ, ਪਰੰਤੂ ਇਹਦੀ ਜੇ ਧੁਨੀ ਉਹ ਕੀ ਹੈ, ਊ, ਆ, ਈ, ਜੋ ਸਾਊਂਡ ਹੈ, ਸਾਊਂਡ ਨੂੰ ਅਸੀਂ ਧੁਨੀ ਕਹਿੰਦੇ ਹਾਂ। ਇਹ ਜੋ ਇਹ ਸਕ੍ਰਿਪਟ, ਇਹ ਡਿਜ਼ਾਇਨ ਜਿਹਾ ਨਜ਼ਰ ਆ ਰਿਹਾ ਤੁਹਾਨੂੰ, ਇਸ ਨੂੰ ਅਸੀਂ ਅੱਖਰ ਕਹਿੰਦੇ ਹਾਂ ਜਾਂ ਵਰਣ ਕਹਿੰਦੇ ਹਾਂ। ਜੋ ਇਸ ਵਿੱਚੋਂ ਧੁਨੀ ਨਿਕਲਦੀ ਹੈ, ਜੋ ਸਾਊਂਡ ਨਿਕਲੇ, ਉਸ ਨੂੰ ਅਸੀਂ ਧੁਨੀ ਕਹਿੰਦੇ ਹਾਂ। ਇਸ ਤਰ੍ਹਾਂ ਊੜਾ, ਐੜਾ, ਈੜੀ, ਇਹ 3 ਸਵਰ ਨੇ। ਇਸ ਤੋਂ ਅੱਗੇ ਜਿਹੜੇ ਹੈ ਨਾ, ਉਹ ਕਿਸ ਕਿਸ ਤਰ੍ਹਾਂ ਇਹਨੂੰ ਕਿਹੜੀ ਮਾਤਰਾ ਲੱਗੇਗੀ, ਐੜੇ ਨੂੰ ਕਿਹੜੀਆਂ ਕਿਹੜੀਆਂ ਮਾਤਰਾ ਲੱਗਣਗੀਆਂ ਔਰ ਈੜੀ ਨੂੰ ਕਿਹੜੀਆਂ 3 ਮਾਤਰਾ ਲੱਗਣ, ਕੁੱਲ ਮਿਲਾ ਕੇ 10 ਮਾਤਰਾ, 3, 4 ਔਰ 3, ਇਹ ਕਿਸ ਤਰ੍ਹਾਂ ਬਣਨਗੀਆਂ, ਇਸ ਵਿੱਚ ਅਸੀਂ ਅੱਗੇ ਚਰਚਾ ਕਰਾਂਗੇ।
ਹੁਣ ਸਸਰ ਹਾਹਾ ਮਿਲਾ ਕੇ ਜੋ ਪੰਜ ਅੱਖਰ ਨੇ, ਪੰਜ ਜੋ ਵਰਣ ਨੇ, ਇਹਨਾਂ ਨੂੰ ਅਸੀਂ ਮੁੱਖ ਵਰਗ ਮੰਨਦੇ ਹਾਂ। ਮੁੱਖ ਵਰਗ ਦਾ ਮਤਲਬ ਹੈਡਲਾਈਨ ਦੇ ਵਿੱਚ ਹੈਡ ਜੋ ਪੰਕਤੀ, ਉਸ ਵਿੱਚ ਅਸੀਂ ਪੰਜ ਅੱਖਰ ਮੰਨਦੇ ਹਾਂ। ਇਸ ਵਿੱਚ ਊੜਾ, ਐੜਾ, ਈੜੀ ਸਵਰ ਨੇ, ਔਰ ਸੱਸਾ ਹਾਹਾ ਇਹ ਜੋ ਨੇ ਇਹ ਵਿਅੰਜਨ ਨੇ। ਇਹ ਹਿੰਦੀ ਵਿੱਚ ਸਭ ਤੋਂ ਲਾਸਟ ਵਾਲੀ ਲਾਈਨ ਦੇ ਅੱਖਰ ਨੇ ਜਿਹੜੇ ਕਿ ਪੰਜਾਬੀ ਵਿੱਚ ਸਭ ਤੋਂ ਮੋਹਰੇ ਤਰੇ ਨੇ। ਇੱਕ ਗੱਲ ਹੋਰ, ਇਸ ਤੋਂ ਪਰੇ ਜਾ ਕੇ ਵੀ ਜਿਤਨੀ ਵੀ ਵਰਣਮਾਲਾ ਨੇ ਸੰਸਾਰ ਦੇ ਵਿੱਚ, ਉਹਨਾਂ ਤਕਰੀਬਨ ਸਾਰਿਆਂ ਦਾ ਜੋ ਆਰੰਭ ਹੁੰਦਾ ਆ ਦੀ ਸਾਊਂਡ ਤੋਂ ਹੁੰਦਾ। ਉਰਦੂ ਵਿੱਚ ਉਸਨੂੰ ਅਲਿਫ ਕਹਿੰਦੇ ਆ, ਫਾਰਸੀ ਅਰਬੀ ਵਿੱਚ, ਅਤੇ ਜੋ ਹਿੰਦੀ ਆ ਉਹ ਛੋਟੇ ਆ ਤੋਂ ਸ਼ੁਰੂ ਹੁੰਦੀ ਹੈ, ਅੰਗਰੇਜ਼ੀ ਵੀ ਏ ਤੋਂ ਸ਼ੁਰੂ ਹੁੰਦੀ ਹੈ, ਪਰੰਤੂ ਪੰਜਾਬੀ ਊੜੇ ਤੋਂ ਕਿਉਂ ਸ਼ੁਰੂ ਹੁੰਦੀ ਹੈ? ਇਸ ਕਰਕੇ ਕਿਉਂਕਿ ਜੋ ਊੜਾ ਸ਼ਬਦ ਹੈ ਨਾ, ਇਹ ਓਂਕਾਰ ਪਰਮੇਸ਼ਰ ਦਾ ਪ੍ਰਤੀਕ ਹੈ। ਅਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਪੱਟੀ ਪੜ੍ਹਦੇ ਹਾਂ, ਉਸ ਵਿੱਚ ਸੱਸੇ ਤੋਂ ਸ਼ੁਰੂ ਜਿਹੜੀ ਹੈ ਇਹ 35 ਅੱਖਰੀ ਹੁੰਦੀ ਹੈ। ਸੱਸੇ ਨੂੰ ਪਹਿਲਾ ਅੱਖਰ ਬਣਾਇਆ ਗਿਆ, ਪਰੰਤੂ ਗੁਰੂ ਸਾਹਿਬ ਨੇ ਫਿਰ ਇਸਨੂੰ ਜਿਹੜਾ ਸੁਧਾਰ ਕੇ, ਇਸ ਨੂੰ ਸੀਕੁਐਂਸ ਸਹੀ ਕਰਕੇ ਫਿਰ ਇਸਨੂੰ ਊੜਾ ਪਹਿਲੇ ਰੱਖਿਆ। ਇਸ ਸਮੇਂ ਊੜਾ ਪਹਿਲੇ, ਕਿਉਂਕਿ ਊੜਾ ਓਂਕਾਰ ਦਾ ਪ੍ਰਤੀਕ ਹੈ, ਸਭ ਤੋਂ ਪਹਿਲੇ ਪਰਮਾਤਮਾ ਦਾ ਨਾਮ, ਉਸ ਤੋਂ ਬਾਕੀ ਅੱਖਰ ਆਉਂਦੇ ਨੇ। ਇਸ ਤਰ੍ਹਾਂ ਦਾ ਜੋ ਵਿਚਾਰ ਮੰਨਿਆ ਜਾਂਦਾ ਵੀ ਊੜਾ ਇਸ ਕਰਕੇ ਪਹਿਲੇ ਕਿਉਂਕਿ ਊੜਾ ਓਂਕਾਰ ਯਾਨੀ ਪਰਮੇਸ਼ਰ ਦਾ, ਅਕਾਲ ਪੁਰਖ ਦਾ ਪ੍ਰਤੀਕ ਹੈ। ਅੱਖਰਾਂ ਦੀ ਬਣਤਰ ਵਿੱਚ, ਅੱਖਰਾਂ ਦੀ ਸੀਕੁਐਂਸ ਵਿੱਚ ਪਹਿਲਾ ਜੋ ਵਰਗ ਹੈ ਉਹ ਮੁੱਖ ਵਰਗ ਤੋਂ ਅਗਲਾ, ਜੋ ਸੈਕਿੰਡ ਲਾਈਨ ਹੈ ਉਹ ਹੈ ਕਾ ਵਰਗ, ਕਿਉਂਕਿ ਕਾ ਉਸ ਦਾ ਪ੍ਰਧਾਨ ਹੈ। ਕੱਕਾ, ਖੱਖਾ, ਗੱਗਾ, ਘੱਗਾ, ਗੰਗਾ, ਚੱਚਾ ਇਹ ਚਾਹ ਵਰਗ ਹੈ, ਚਾ, ਛਾ, ਜਾ, ਝਾਈਆਂ। ਇਹ ਟਾ ਵਰਗ ਹੈ, ਟਾ, ਠਾ, ਡਾ, ਢਾਣਾ। ਉਸ ਤੋਂ ਬਾਅਦ ਤਾ ਵਰਗ ਹੈ, ਤਾ, ਥਾ, ਦਾ, ਧਾਨਾ। ਇਸ ਤਰ੍ਹਾਂ ਪਾ ਵਰਗ, ਪਾ ਤੋਂ ਸ਼ੁਰੂ ਹੁੰਦਾ, ਇਸ ਕਰਕੇ ਪਾ ਵਰਗ ਹੈ। ਪਾ, ਫਾ, ਬਾ, ਭਾਮਾ। ਅੰਤਮ ਜੋ ਵਰਗ ਹੈ ਉਹ ਹੈ ਯਈਆ, ਰਰਾ, ਲੱਲਾ, ਵਾਵਾੜਾ, ਯਾਨੀ ਯਾ, ਰਾ, ਲਾ, ਵਾੜਾ। ਇੱਥੇ ਇਹਨਾਂ ਅੱਖਰਾਂ ਦਾ ਜੋ ਵਰਗੀਕਰਨ ਹੈ ਉਹ ਵਰਗ ਦੇ ਹਿਸਾਬ ਨਾਲ ਕੀਤਾ ਗਿਆ। ਕਾ, ਕਵਰਗ, ਚਾ ਸ਼ੁਰੂ ਹੈ, ਚਵਰਗ, ਟਵਰਗ, ਤਵਰਗ, ਪਵਰਗ, ਔਰ ਅੰਤਿਮ ਵਰਗ ਹੈ। ਯਾਨੀ ਇਹ ਜੋ ਵਿਚਕਾਰਲੇ ਨੇ ਇਹ ਮੁੱਖ ਵਰਗ ਹੈ, ਇਹ ਅੰਤਿਮ ਵਰਗ ਹੈ। ਵਿਚਕਾਰ ਜੋ ਪੰਜ ਲਾਈਨਾਂ ਨੇ ਉਹਨਾਂ ਦੇ ਬਾਰੇ ਹੁਣ ਧਿਆਨ ਨਾਲ ਦੇਖਦੇ ਹਾਂ। ਇਸ ਵਿੱਚ ਜੋ ਹਰੇਕ 'ਚ ਚੌਥਾ ਹੈ ਯਾਨੀ ਦੂਜੀ ਲਾਈਨ, ਕ ਵਰਗ ਤੋਂ ਲੈ ਕੇ ਪਾ ਵਰਗ, ਜੋ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ ਜੋ ਅੱਖਰ ਨੇ, ਇਹ ਜੋ ਸਾਰੇ ਅੱਖਰ ਨੇ ਵਿਸ਼ੇਸ਼ ਧੁਨੀ ਵਾਲੇ ਨੇ, ਕਿਉਂਕਿ ਇਸ ਵਿੱਚ ਕਿਸੇ ਹੋਰ ਭਾਸ਼ਾ, ਜੇ ਕਿਸੇ ਹਿੰਦੀ ਭਾਸ਼ੀ ਨੂੰ ਬੁਲਾਉਣਾ ਹੈ ਇਸਨੂੰ ਗੱਗਾ ਬੋਲੇਗਾ, ਇਸਨੂੰ ਜੱਜਾ ਬੋਲੇਗਾ, ਯਾਨੀ ਦੋਨੋਂ 'ਚ ਆਏਗਾ। ਪਰੰਤੂ ਪੰਜਾਬੀ 'ਚ ਕੀ ਹੁੰਦਾ, ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਝਾਂਜਰ, ਹਿੰਦੀ 'ਚ ਤਾਂ ਇਸ ਤਰ੍ਹਾਂ ਕਹਿੰਦੇ ਝਾਂਜਰ, ਇਹ ਪੁਰਾਤਨ ਸਰੂਪ ਹੈ ਝੱਜੇ ਦਾ ਹਿੰਦੀ ਦਾ। ਅੱਜ ਕੱਲ੍ਹ ਦਾ ਝੱਜਾ ਪਤਾ ਕਿਸ ਤਰ੍ਹਾਂ ਦਾ, ਅੱਜ ਕੱਲ੍ਹ ਦਾ ਝੱਜਾ ਇਸ ਤਰ੍ਹਾਂ ਦਾ ਹੈ, ਈੜੀ ਦੇ ਅੱਗੇ ਡੰਡਾ ਪਾ ਕੇ ਉਸਨੂੰ ਝੱਜਾ ਬਣਾਇਆ। ਇਹ ਪੁਰਾਤਨ ਸਰੂਪ, ਜਦੋਂ ਅਸੀਂ ਪੜ੍ਹਦੇ ਸੀ ਝੱਜੇ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਸੀ। ਹੁਣ ਝਾਂਜਰ ਵਿੱਚ ਕੀ ਹੈ, ਜਿੱਦਾਂ ਅਸੀਂ ਲਿਖਦੇ ਹਾਂ ਭਾਬੀ, ਭਾਭੀ, ਪੰਜਾਬੀ 'ਚ ਇਹ ਜੋ ਅੱਖਰ ਕਦੇ ਦੁਹਰਾਇਆ ਨਹੀਂ ਜਾਏਗਾ। ਅਸੀਂ ਲਿਖਾਂਗੇ ਧੁੰਦ, ਹਿੰਦੀ 'ਚ ਧੱਦੇ ਨੂੰ ਦੋ ਵਾਰ ਦੁਹਰਾਇਆ ਜਾ ਸਕਦਾ, ਪਰ ਪੰਜਾਬੀ ਵਿੱਚ ਇਹ ਜੋ ਅੱਖਰ ਨਾ ਦੂਜੀ ਵਾਰ ਨਹੀਂ ਦੁਹਰਾਏ ਜਾਂਦੇ। ਜੇ ਅਸੀਂ ਝਾਂਜਰ ਲਿਖਣਾ, ਝਾਂਜਰ, ਇਸ ਤੋਂ ਪਹਿਲੇ ਵਾਲੇ ਅੱਖਰ ਦੀ ਆ ਜਾਏਗੀ ਧੁਨੀ, ਝਾਂਜਰ। ਜੇ ਅਸੀਂ ਲਿਖਾਂਗੇ ਭਾਬੀ, ਇਹ ਭੱਬਾ ਹੈ, ਭਾਬੀ, ਜੋ ਦੂਜੀ ਵਾਰ ਅੱਖਰ ਆਏਗਾ ਇਸ ਤੋਂ ਪਹਿਲੇ ਵਾਲਾ ਆਏਗਾ। ਉਸ ਤੋਂ ਬਾਅਦ ਧੁੰਦ ਹੈ, ਇਹ ਧੱਦਾ ਲਿਖਿਆ ਧੁੰਦ, ਅਤੇ ਧੁੰਦ ਹਿੰਦੀ 'ਚ ਬੋਲਾਂਗੇ ਧੁੰਦ। ਜੋ ਇਹਨਾਂ ਦੀਆਂ ਸਾਊਂਡਸ ਨੇ ਉਹ ਪੰਜਾਬੀ ਵਿੱਚ ਹੀ ਨੇ, ਪੰਜਾਬੀ ਲੋਕ ਹੀ ਇਸ ਨੂੰ ਬੋਲ ਸਕਦੇ ਨੇ। ਮੰਨ ਲਓ ਤੁਹਾਡੀ ਜਮਾਤ, ਇਹ ਤੁਹਾਡੇ ਸਿਲੇਬਸ ਤੋਂ ਬਾਹਰ ਦੀ ਗੱਲ ਕਰ ਰਿਹਾ, ਮੰਨ ਲਓ ਤੁਹਾਡੀ ਜਮਾਤ ਵਿੱਚ ਕੋਈ ਹਿੰਦੀ ਭਾਸ਼ੀ ਇਲਾਕੇ ਤੋਂ ਬੱਚਾ ਆਇਆ, ਉਸ ਨੂੰ ਬੋਲਣਾ ਨਹੀਂ ਆਉਂਦਾ ਘੱਗਾ, ਇਹ ਤਾਂ ਘੱਗਾ ਹੈਗਾ, ਉਹ ਘੱਗਾ ਬੋਲਦਾ ਜਾਂ ਘਾ ਬੋਲਦਾ। ਪੰਜਾਬੀ ਵਿੱਚ ਜਿਹੜੇ ਝਾਂਗੀ, ਮੁਲਤਾਨੀ ਭਾਸ਼ਾ ਬੋਲਣ ਵਾਲੇ ਨੇ ਉਹ ਇਸ ਤਰ੍ਹਾਂ ਹੀ ਘੱਗਾ ਬੋਲਦੇ ਨੇ, ਘੱਗਾ, ਘੱਗੇ ਨੂੰ। ਹੁਣ ਇਸ ਨੂੰ ਬੋਲਣਾ ਕਿੱਦਾਂ ਹੈ, ਅਸੀਂ ਬੱਚੇ ਨੂੰ ਸਿਖਾਵਾਂਗੇ, ਭਾਈ ਇਹ ਕੱਕਾ ਹੈਗਾ, ਇਹਦੇ ਨਾਲ ਹਾ ਮਿਲਾ ਦਿਓ ਤਾਂ ਬਣੇਗਾ ਕ, ਇਹ ਬਣੇਗਾ ਘਾ। ਜੇ ਝਾ ਬੋਲਣਾ, ਚਾਹ ਵਿੱਚ ਹਾ ਪਲੱਸ ਕਰ ਦਿਓ ਤਾਂ ਬਣੇਗਾ ਝਾ। ਸਾਊਂਡ ਜਿਹੜੀ ਸ਼ੁਰੂ ਚਾਹ ਤੋਂ ਹੋ ਰਹੀ ਹੈ, ਝੱਜਾ ਜਦੋਂ ਬੋਲੋਗੇ ਨਾ ਝੱਜਾ, ਅਤੇ ਸਾਊਂਡ ਤੁਸੀਂ ਧਿਆਨ ਨਾਲ ਦੇਖਣਾ ਚੱਚੇ ਤੋਂ ਸ਼ੁਰੂ ਹੋ ਰਹੀ ਹੈ। ਇਸ ਤਰ੍ਹਾਂ ਜੋ ਢੱਡਾ, ਟਾ ਵਿੱਚ ਜਦੋਂ ਹਾ ਪਲੱਸ ਕਰ ਦਾਂਗੇ ਤਾਂ ਬਣੇਗਾ ਢਾ। ਪਹਿਲੇ ਟਾ ਦੀ ਸਾਊਂਡ ਆ ਰਹੀ ਨਿੱਕੀ ਜੀ, ਉਸ ਤੋਂ ਬਾਅਦ ਜਿਹੜਾ ਹਾ ਦੀ ਸਾਊਂਡ ਝਟਕਾ ਪੈ ਰਿਹਾ। ਇਸ ਤਰ੍ਹਾਂ ਇਹ ਧੱਦਾ ਹੈ ਨਾ, ਇਸ ਤੋਂ ਪਹਿਲਾਂ ਵਾਲਾ ਜਿਹੜਾ ਅੱਖਰ ਹੈ ਇਹਦੇ ਜਦੋਂ ਹਾ ਮਿਲਾਵਾਂਗੇ ਤਾਂ ਬਣੇਗਾ ਧਾ, ਧਾ। ਸਾਊਂਡ ਸ਼ੁਰੂ ਆ ਜੇ ਤਾ ਦੀ ਲੱਗ ਰਹੀ, ਉਹ 'ਚ ਹਾ ਪਲੱਸ ਹੋ ਰਿਹਾ ਜ਼ੋਰ ਦੀ, ਇਸ ਕਰਕੇ। ਉਸ ਤੋਂ ਬਾਅਦ ਜਿਹੜਾ ਭੱਬਾ ਸ਼ਬਦ ਹੈ, ਜੇ ਅਸੀਂ ਪੱਪੇ 'ਚ ਹਾਹਾ ਮਿਲਾ ਦਾਂਗੇ ਤਾਂ ਇਸ ਨੂੰ ਜਿਹੜੇ ਹਿੰਦੀ ਭਾਸ਼ੀ ਬੱਚੇ ਨੇ, ਅਸੀਂ ਉਹਨਾਂ ਨੂੰ ਘੱਗਾ, ਝੱਜਾ, ਢੱਡਾ, ਧੱਧਾ, ਬੱਬਾ ਇੱਦਾਂ ਨਹੀਂ ਸਿਖਾਵਾਂਗੇ। ਅਸੀਂ ਇਹਨਾਂ ਅੱਖਰਾਂ ਤੋਂ ਉਹਨਾਂ ਦੀ ਸਾਊਂਡ ਮੂੰਹ 'ਚੋਂ ਪੈਦਾ ਕਰਨੀ ਸਿਖਾਵਾਂਗੇ, ਤਾਂ ਜੋ ਬੱਚੇ ਜਿਹੜੇ ਨੇ ਨਾ ਇਹਨਾਂ ਅੱਖਰਾਂ ਦੀ ਸਹੀ ਸਾਊਂਡ ਜਿਹੜੇ ਉਹ ਪੈਦਾ ਕਰ ਸਕਣ। ਇਸ ਤੋਂ ਇਲਾਵਾ ਇਹ ਜੋ ਸ਼ਬਦ ਨੇ ਨੰਗਾ, ਯਈਆਂ, ਅਣਾਣਾ, ਨੰਨਾ ਔਰ ਮੰਮਾ, ਇਹ ਜੋ ਸ਼ਬਦ ਨੇ ਜਦੋਂ ਇਹਦੀ ਧੁਨੀ ਦੇਖਦੇ ਹਾਂ ਤਾਂ ਇਹ ਬਣਦਾ ਨਾ, ਯਾਂ,
ਣਾ ਨਾ ਮਾ ਇਹ ਧੁਨੀ ਇਹਨਾਂ ਦੀ ਅੱਖਰ ਮੈਂ ਪਹਿਲੇ ਬੋਲਿਆ ਇਹ ਸਾਰੇ ਨਾਸਕੀਆਂ ਅਨੁਨਾਸ ਨੇ ਕਿਉਂਕਿ ਇਹਨਾਂ ਸਾਰਿਆਂ ਵਿੱਚ ਨੱਕ ਤੋਂ ਆਵਾਜ਼ ਆਉਂਦੀ ਹੈ ਨਾ ਯਾਂ ਣਾ ਨਾ ਮਾ ਨੱਕ ਤੋਂ ਆਵਾਜ਼ ਆਉਂਦੀ ਅਨੁਨਾਸਕੀ ਜਾਂ ਨਾਸਕੀ ਨੇ ਇਸ ਤੋਂ ਇਲਾਵਾ ਜੋ ਯਾ ਔਰ ਵਾਵਾ ਨੇ ਯਾ ਵਾ ਇਹ ਅਰਧ ਸਵਰ ਨੇ ਅਰਧ ਸਵਰ ਦਾ ਮਤਲਬ ਇਹਨਾਂ ਵਿੱਚ ਜੋ ਸਮਾਂ ਉਹ ਅੱਧਾ ਲੱਗ ਯਾ ਵਾ ਇਸ ਕਰਕੇ ਇਸ ਤੋਂ ਇਲਾਵਾ ਇਹ ਜੋ ਅੰਤਿਮ ਵਰਗ ਹੈ ਜੋ ਸਪੈਸ਼ਲ ਅੰਤਿਮ ਵਰਗ ਤਾਂ ਯਾ ਵਾਲਾ ਪਰੰਤੂ ਇਹ ਜੋ ਇਹ ਵਾਲਾ ਜੋ ਹੈ ਇਹ ਫਾਰਸੀ ਧੁਨੀਆਂ ਵਾਲਾ ਵਰਗ ਹੈ ਇਸ ਨੂੰ ਪਰਦੇਸੀ ਧੁਨੀਆਂ ਵਾਲਾ ਵੀ ਅਸੀਂ ਵਰਗ ਕਹਿ ਸਕਦੇ ਹਾਂ ਜਿਸ ਤਰ੍ਹਾਂ ਸੱਸੇ ਪੈ ਬਿੰਦੀ ਸ਼ਾਹ ਇਸ ਤਰ੍ਹਾਂ ਇਹ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੱਸ਼ੇ ਦਾ ਇਸਤੇਮਾਲ ਹੀ ਨਹੀਂ ਹਾਂ ਦਸਮ ਗ੍ਰੰਥ ਦੀ ਬਾਣੀ ਵਿੱਚ ਸ਼ੱਸ਼ੇ ਦਾ ਇਸਤੇਮਾਲ ਹੈ ਪਰੰਤੂ ਗੁਰੂ ਗ੍ਰੰਥ ਸਾਹਿਬ ਸ਼ੱਸ਼ਾ ਕਿਤੇ ਨਹੀਂ ਹੈ ਉਹ ਤਾਂ ਸੱਸੇ ਦਾ ਹੀ ਪ੍ਰਯੋਗ ਕਿਉਂਕਿ ਹਿੰਦੁਸਤਾਨ ਵਿੱਚ ਸੱਸੇ ਦਾ ਪ੍ਰਯੋਗ ਬਹੁਤ ਜ਼ਿਆਦਾ ਉਸ ਤੋਂ ਬਾਅਦ ਜੋ ਜਿਸ ਤਰ੍ਹਾਂ ਸੰਸਕ੍ਰਿਤ ਸ਼ੱਸ਼ੇ ਦਾ ਪ੍ਰਯੋਗ ਆਉਂਦਾ ਹੈ ਇੱਕ ਪੇਟ ਕਟਾ ਸ਼ਾਹ ਆਉਂਦਾ ਹੈ ਦੂਸਰਾ ਸ਼ਲਗਮ ਵਾਲਾ ਸ਼ਾਹ ਆਉਂਦਾ ਹੈ ਪੰਜਾਬੀ ਦੇ ਅੱਖਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸੱਸੇ ਦਾ ਹੀ ਜਿਹੜਾ ਉਹ ਪ੍ਰਯੋਗ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਖਾ ਖਤਮ ਖਤਮ ਨਹੀਂ ਖਤਮ ਇਹ ਹੈਗਾ ਗਜ਼ਲ ਗਮ ਇਹ 'ਚ ਗੱਗਾ ਨਹੀਂ ਗਮ ਨਹੀਂ ਬੋਲਿਆ ਜਾਂਦਾ ਗਮ ਖਤਮ ਹੈਗੇ ਜ ਇਹ ਜ ਹੈ ਇਹ ਜ਼ਖਮ ਨਹੀਂ ਬੋਲਦੇ ਜ਼ਖਮ ਜ਼ਖਮ ਕਿਉਂਕਿ ਇਹ ਜੋ ਉਚਾਰਨ ਨੇ ਇਹ ਫਾਰਸੀ ਉਰਦੂ ਵਾਲੇ ਜਾਂ ਅਰਬੀ ਵਾਲੇ ਜਿਹੜੇ ਉਹ ਧੁਨੀਆਂ ਨੇ ਇਸ ਤੋਂ ਬਾਅਦ ਇੱਕ ਹੁੰਦਾ ਹੈ ਫਲ ਫਲ ਪਾ ਫਾ ਫਲ ਇੱਕ ਹੁੰਦਾ ਫਲ ਫਸਲ ਇੱਕ ਹੁੰਦਾ ਫਸਲ ਦੋਨੋਂ ਹੋਠ ਜੁੜਦੇ ਨੇ ਹੋਠੀ ਅੱਖਰ ਹੈ ਫਸਲ ਇੱਕ ਹੁੰਦਾ ਫਸਲ ਇਹਨਾਂ ਦੰਦਾਂ ਔਰ ਥੱਲੇ ਵਾਲੇ ਹੋਠ ਦਾ ਮਿਲਾਪ ਹੁੰਦਾ ਇਹ ਜਿੰਨੇ ਵੀ ਨੇ ਇਹ ਸਾਰੇ ਫਾਰਸੀ ਧੁਨੀਆਂ ਨੇ ਔਰ ਇਹ ਦੇਸੀ ਧੁਨੀਆਂ ਕਾਲਾ ਪੀਲਾ ਕਾਲੂ ਇਹ ਜੋ ਸ਼ਬਦ ਨੇ ਕਾਲੂ ਪੀਲੂ ਨਹੀਂ ਕਹਾਂਗੇ ਆਪਾਂ ਕਾਲਾ ਪੀਲਾ ਇਹ ਜੋ ਸ਼ਬਦ ਨੇ ਲਾ ਥੱਲੇ ਬਿੰਦੀ ਆ ਕੇ ਇਸ ਦੀ ਧੁਨੀ ਜਿਹੜੀ ਹੈ ਉਹ ਕੱਢੀ ਜਾ ਸਕੀ ਕੱਢੀ ਨਹੀਂ ਜਾ ਸਕਦੀ ਨਿਕਲੀ ਤਾਂ ਹੈ ਹੀ ਹੈ ਪਹਿਲੇ ਨਹੀਂ ਸੀ ਪਰੰਤੂ ਫਿਰ ਭਾਸ਼ਾ ਵਿਗਿਆਨੀ ਨੇ ਦੇਖਿਆ ਵੀ ਇਹਨੂੰ ਅਸੀਂ ਕਿੱਦਾਂ ਪ੍ਰਦਰਸ਼ਿਤ ਕਰੀਏ ਉਹਨਾਂ ਨੇ ਆਪਣੇ ਵੱਲੋਂ ਵਿਉਂਤ ਲਾ ਕੇ ਲਾ ਦੇ ਪੈਰੀ ਬਿੰਦੀ 'ਤੇ ਲਾਈ ਅਤੇ ਉਹ ਕਾਲੇ ਦੀ ਜਗ੍ਹਾ ਕਾਲਾ ਹੋ ਗਿਆ ਕਾਲਾ ਇਸ ਤਰ੍ਹਾਂ ਇਹ ਸਾਰੇ ਅੱਖਰ ਨੇ ਜਦੋਂ ਅਸੀਂ ਬੱਚਿਆਂ ਨੂੰ ਇਹਨਾਂ ਦੇ ਬਾਰੇ ਦੱਸਦੇ ਹਾਂ ਵੀ ਸਾਨੂੰ ਇਹ ਦੱਸਣਾ ਪਏਗਾ ਵੀ ਇਹ ਜੋ 35 ਅੱਖਰ ਨੇ ਉਹਨਾਂ ਵਿੱਚ ਫਿਰ ਹੋਰ ਫਾਰਸੀ ਦੇ ਅੱਖਰ ਮਿਲਦੇ ਨੇ ਇੱਕ ਦੇਸੀ ਧੁਨੀ ਲਾ ਦੀ ਮਿਲਦੀ ਹੈ ਕਾਲੂ ਪੀਲੂ ਵਾਲੀ ਅਤੇ ਇਸ ਤਰ੍ਹਾਂ ਮਿਲਾ ਕੇ ਕੁੱਲ ਮਿਲਾ ਕੇ 41 ਹੋ ਜਾਂਦੇ ਨੇ ਇਹ ਜੋ ਸਾਰਾ ਸਾਡਾ ਸੰਸਾਰ ਹੈ ਅੱਖਰਾਂ ਦਾ ਸੰਸਾਰ ਧੁਨੀਆਂ ਦਾ ਸੰਸਾਰ ਜਾਂ ਵਰਣਾਂ ਦਾ ਸੰਸਾਰ ਇਸ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਸਦਾ ਸ਼ੁੱਧ ਸਰੂਪ ਕਿਸ ਤਰ੍ਹਾਂ ਲਿਖਣਾ ਹੈ ਜਦੋਂ ਅਸੀਂ ਅੱਖਰਾਂ ਨੂੰ ਬੱਚਿਆਂ ਨੂੰ ਲਿਖਣਾ ਸਿਖਾਉਂਦੇ ਹਾਂ ਤਾਂ ਅਸੀਂ ਜੇ ਕੱਕਾ ਲਿਖਣਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਜੋ ਇਸਦਾ ਪੇਟ ਹੈ ਨਾ ਇਹ ਅੱਧਾ ਹੋਣਾ ਚਾਹੀਦਾ ਔਰ ਇਹਦੇ ਲਾਸਟ ਵਿੱਚ ਲੱਗਣਾ ਚਾਹੀਦਾ ਇਹ ਇੱਥੇ ਹੋਣਾ ਚਾਹੀਦਾ ਔਰ ਜੋ ਵਿਚਕਾਰਲੀ ਲਾਈਨ ਜਿਹੜੀ ਹੈ ਇਸ ਗੋਲਾਈ ਨੂੰ ਅੱਧੀ ਅੱਧੀ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜੇ ਅਸੀਂ ਗੱਗਾ ਘੱਗਾ ਲਿਖਦੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਘੱਗਾ ਲਿਖਿਆ ਅਤੇ ਘੱਗਾ ਥੱਲੇ ਲਾਈਨ 'ਤੇ ਟੱਚ ਨਹੀਂ ਹੋਏਗਾ ਹਾਂ ਇਹ ਡੰਡੀ ਟੱਚ ਹੋਏਗੀ ਔਰ ਇਹ ਹਾਫ ਲਾਈਨ ਤੋਂ ਜਿਹੜਾ ਨਾ ਥੋੜ੍ਹਾ ਜਿਹਾ ਥੱਲੇ ਆਏਗਾ ਇਹਨਾਂ ਗੱਲਾਂ ਦਾ ਕਿਉਂਕਿ ਜਿੰਨੇ ਵੀ ਪੰਜਾਬੀ ਅੱਖਰ ਨੇ ਧੁਨੀ ਇਹ ਜੋ ਪ੍ਰਜੈਂਟ ਕਰਦੇ ਹਾਂ ਧੁਨੀਆਂ ਨੂੰ ਅਤੇ ਇਹ ਇਹਨਾਂ ਦੀ ਜਿਓਮੈਟ੍ਰੀਕਲ ਸ਼ੇਪ ਔਰ ਐਗਜੈਕਟ ਸ਼ੇਪ ਹੈ ਜੇ ਅਸੀਂ ਇਸ ਐਗਜੈਕਟ ਸ਼ੇਪ ਨੂੰ ਅਸੀਂ ਦੇਖਾਂਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਵੀ ਸੋਹਣੇ ਪੰਜਾਬੀ ਅੱਖਰ ਕਿਸ ਤਰ੍ਹਾਂ ਲਿਖੇ ਜਾਂਦੇ ਆਪ ਜੀ ਇਹਨਾਂ ਨੂੰ ਲਿਖਣ ਦੀ ਪ੍ਰੈਕਟਿਸ ਜ਼ਰੂਰ ਕਰੋ ਤਾਂ ਜੋ ਬੱਚਿਆਂ ਨੂੰ ਇਹਨਾਂ ਦੇ ਸਹੀ ਸਰੂਪ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਹਰੇਕ ਅੱਖਰ ਦਾ ਇੱਕ ਅਲੱਗ ਤੋਂ ਸਰੂਪ ਹੈ ਜੇ ਅਸੀਂ ਉਸਨੂੰ ਗ੍ਰਾਮੈਟੀਕਲੀ ਨਹੀਂ ਪਾਵਾਂਗੇ ਜਿਸ ਤਰ੍ਹਾਂ ਮੰਨ ਲਓ ਮੈਂ ਪੱਪਾ ਪਾਨਾ ਖੱਖਾ ਪਾਨਾ ਅਤੇ ਧੱਦਾ ਪਾਨਾ ਅਤੇ ਮੈਨੂੰ ਪਤਾ ਹੋਣਾ ਚਾਹੀਦਾ ਇਹ ਛੋਟਾ ਸ਼ੁਰੂ ਕੀਤਾ ਚੁੰਝ ਆਈ ਔਰ ਇਹ ਸੈਂਟਰ 'ਚ ਚੁੰਝ ਆ ਕੇ ਸੈਂਟਰ 'ਚ ਇੱਥੇ ਨਾਲ ਮਿਲਿਆ ਔਰ ਇਹ ਡੰਡਾ ਪਾਤਾ ਹੁਣ ਇਹ ਚੁੰਝ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸੁੰਦਰਤਾ ਬਣਦੀ ਹੈ ਤੁਸੀਂ ਪੱਪਾ ਇਸ ਤਰ੍ਹਾਂ ਹੀ ਪਾ ਸਕਦੇ ਹੋ ਪਰ ਸੋਹਣਾ ਨਹੀਂ ਲੱਗਦਾ ਇਸ ਕਰਕੇ ਕਿਉਂਕਿ ਪੰਜਾਬੀ ਦੇ ਅੱਖਰ ਬੜੇ ਪਾਵਨ ਅੱਖਰ ਨੇ ਇਹਨਾਂ ਨੂੰ ਸੁੰਦਰ ਬਣਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਦੀ ਜੋ ਧੁਨੀ ਬੋਧ ਅਲੱਗ ਗੱਲ ਹੈ ਪਰੰਤੂ ਅੱਖਰਾਂ ਦੀ ਬਣਾਵਟ ਦਾ ਬੋਧ ਜਿਹੜਾ ਬੱਚਿਆਂ ਨੂੰ ਹੋਣਾ ਚਾਹੀਦਾ ਤਾਂ ਜੋ ਬੱਚੇ ਅਗਲੀਆਂ ਜਮਾਤਾਂ ਵਿੱਚ ਜਾ ਕੇ ਸੁੰਦਰ ਪੜ੍ਹਾਈ ਸੁੰਦਰ ਲਿਖਾਈ ਸਿੱਖ ਸਕਣ ਕਿਉਂਕਿ ਜੋ ਲਿਖਾਈ ਹੈ ਬੱਚੇ ਦੀ ਸਨਮਾਨ ਨੂੰ ਵਧਾਉਂਦੀ ਹੈ ਬੱਚੇ ਦੇ ਕੌਨਫੀਡੈਂਸ ਨੂੰ ਬਣਾਉਂਦੀ ਹੈ ਇਸ ਕਰਕੇ ਆਪ ਸਾਰੇ ਜੋ ਅਧਿਆਪਕ ਸਾਥੀ ਹੋ ਵਿਦਿਆਰਥੀ ਹੋ ਇਸ ਗੱਲ ਨੂੰ ਮਨ ਵਿੱਚ ਪੱਕੀ ਧਾਰ ਲਓ ਵੀ ਪੰਜਾਬੀ ਦੇ ਅੱਖਰਾਂ ਦਾ ਜੋ ਸੁਹੱਪਣ ਹੈ ਉਸੀ ਬਰਕਰਾਰ ਰੱਖਣਾ ਹੈ।